ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ ਪ੍ਰਦੇਸ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ, ਲੈ ਕੇ ਪ੍ਰੋਗਰਾਮ ਜਿਹਦੇ ਵਿੱਚ ਹਰ ਰੋਜ਼ ਕੋਸ਼ਿਸ਼ ਰਹਿੰਦੀ ਹੈ ਇੱਕ ਨਵਾਂ ਟੋਪਿਕ ਲੈ ਕੇ ਇੱਕ ਨਵੇਂ ਐਕਸਪਰਟ ਦੇ ਨਾਲ ਡਿਸਕਸ ਕਰੀਏ, ਤਾਂ ਕਿ ਜਿਹੜੇ ਤੁਹਾਡੇ ਕੋਲ ਸਵਾਲ ਸਾਡੇ ਤੱਕ ਪਹੁੰਚਦੇ ਨੇ, ਤੁਸੀਂ ਜਿਹੜੀ ਜਾਣਕਾਰੀ ਲੈਣਾ ਚਾਹੁੰਦੇ ਹੋ, ਬੱਚੇ ਜਿਹੜੇ ਦੇਸ਼ ਤੋਂ ਪ੍ਰਦੇਸ਼ ਜਾਣਾ ਚਾਹੁੰਦੇ ਨੇ, ਉਹਨਾਂ ਲਈ ਹਰ ਉਹ ਇਨਫੋਰਮੇਸ਼ਨ ਲੈ ਕੇ ਅਸੀਂ ਇਸ ਸ਼ੋਅ ਦੇ ਵਿੱਚ ਹਾਜ਼ਰ ਹੋ ਸਕੀਏ। ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਸੱਦਾ ਦਿੱਤਾ ਗਿਆ ਜੀ ਮੈਡਵੇ ਤੋਂ। ਅੱਜ ਤਨਵੀਰ ਮੈਮ ਸਾਡੇ ਨਾਲ ਨੇ, ਜਿਹੜੇ ਕਿ ਉਹਨਾਂ ਦੇ ਟੋਟਲ ਬ੍ਰਾਂਚਿਸ ਨੂੰ ਦੇਖਦੇ ਨੇ, ਇੱਕ ਕਹਿ ਲਈਏ ਸੈਂਟਰ ਹੈੱਡ ਜਾਂ ਇੰਡੀਆ ਹੈੱਡ ਕਹਿ ਲਈਏ ਤਾਂ ਵੀ ਚੱਲੇਗਾ, ਕਿਉਂਕਿ ਜਗਜੀਤ ਜੀ ਅੱਜ ਅਵੇਲੇਬਲ ਨਹੀਂ ਸੀਗੇ। ਉਹਨਾਂ ਦੀ ਜਗ੍ਹਾ ਸੇਮ ਜਿਹੜਾ ਓਵਰਆਲ ਸਾਰੀ ਬ੍ਰਾਂਚਿਸ ਨੂੰ ਦੇਖ ਰੇਖ ਕਰਦੇ ਨੇ ਤਨਵੀਰ ਜੀ ਸਾਡੇ ਨਾਲ ਮੌਜੂਦ ਨੇ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਤਨਵੀਰ ਮੈਮ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਤਨਵੀਰ ਮੈਮ, ਪਹਿਲੇ ਤਾਂ ਤੁਸੀਂ ਇਸ ਸ਼ੋਅ ਦੇ ਵਿੱਚ ਪਹਿਲੀ ਵਾਰੀ ਜੁੜ ਰਹੇ ਹੋ, ਸੋ ਅੱਜ ਦਰਸ਼ਕ ਮੈਡਵੇ ਤੋਂ ਕਾਫੀ ਉਮੀਦਾਂ ਨਾਲ ਇਸ ਉਮੀਦ ਦੇ ਵਿੱਚ ਬੈਠੇ ਵੀ ਜਿਹੜੀ ਨਵੀਂ ਅਪਡੇਟਸ ਆਉਣ ਵਾਲੀਆਂ, ਕੁਛ ਗੱਲਾਂ ਸੁਣਨ ਦੇ ਵਿੱਚ ਆ ਰਹੀਆਂ ਵੀ ਸ਼ਾਇਦ ਆਉਣ ਵਾਲੇ ਸਮੇਂ 'ਚ ਕੁਛ ਚੇਂਜਿਸ ਆਉਣਗੀਆਂ, ਕੁਛ ਪੁਆਇੰਟਸ ਵਧਣਗੇ ਜਾਂ ਕੀ ਹੋਏਗਾ ਐਕਚੁਅਲ, ਉਹ ਅਪਡੇਟਸ ਕੀ ਨੇ? ਅਮਨ ਜੀ, ਦੇਖੋ ਜਿਹੜਾ ਹੈਗਾ 19th May ਨੂੰ ਸਾਨੂੰ ਇਸ ਦੇ ਉੱਪਰ ਇੱਕ ਪ੍ਰੋਪਰ ਕਲੈਰੀਫਿਕੇਸ਼ਨ ਆਏਗੀ। ਜਿਹੜਾ ਹੁਣ ਮਾਰਕੀਟ ਦੇ ਵਿੱਚ ਚੱਲ ਰਿਹਾ ਕਿ ਸਟੂਡੈਂਟ ਵੀਜ਼ਾ ਬੰਦ ਹੋ ਗਿਆ, ਨਿਊਜ਼ੀਲੈਂਡ ਵੀਜ਼ਾ ਨਹੀਂ ਦੇ ਰਿਹਾ, ਇਹ ਸਭ ਰੂਮਰਸ ਹੈ, ਠੀਕ ਹੈ? ਤਾਂ ਆਈ ਬਿਲੀਵ ਕਿ ਹਰ ਸਟੂਡੈਂਟ ਨੂੰ 19th May ਤੱਕ ਵੇਟ ਕਰਨਾ ਚਾਹੀਦਾ ਹੈ, ਪੇਸ਼ੈਂਸ ਰੱਖਣੇ ਚਾਹੀਦੇ ਹੈ, ਪੈਨਿਕ ਬਿਲਕੁਲ ਵੀ ਨਹੀਂ ਕਰਨਾ ਹੈਗਾ। ਉਸ ਤੋਂ ਬਾਅਦ 19th May ਤੋਂ ਬਾਅਦ ਤੁਸੀਂ ਵਰਡ ਆਫ ਮਾਊਥ ਜਿਹੜੀ ਮਾਰਕੀਟਿੰਗ ਸਟ੍ਰੈਟਜੀ ਹੈ ਉਹਦੇ 'ਤੇ ਬਿਲਕੁਲ ਵੀ ਬਿਲੀਵ ਨਾ ਕਰਦੇ ਹੋਏ ਆਪਣੇ ਜਿਹੜੇ ENZ ਰਿਕੋਗਨਾਈਜ਼ਡ ਏਜੰਸੀਜ਼ ਨੇ, ਤੁਸੀਂ ਉਹਨਾਂ ਨੂੰ ਟਾਰਗੇਟ ਕਰੋ, ਉਹਨਾਂ ਨੂੰ ਮਿਲੋ, ਖੁਦ ਆਪਣਾ ਰਿਸਰਚ ਕਰੋ, ਖੁਦ ਵੈਬਸਾਈਟਸ 'ਤੇ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, govt.nz ਵਾਲੀ ਜਿਹੜੀ ਵੈਬਸਾਈਟ ਹੈ, ਸਟੂਡੈਂਟਸ ਨੂੰ ਖੁਦ ਉਹਦੇ 'ਤੇ ਰਿਸਰਚ ਕਰਨਾ ਚਾਹੀਦਾ। ਐਂਡ ਅਸੀਂ ਏਜੰਟਸ ਇਸੀ ਲਈ ਹੀ ਬੈਠੇ ਹਾਂ, ਤੁਸੀਂ ਸਾਨੂੰ ਕੋਂਟੈਕਟ ਕਰੋ, ਸਾਡੇ ਕੋਲ ਆਓ, ਅਸੀਂ ਤੁਹਾਨੂੰ ਰਾਈਟ ਜਿਹੜੀ ਇਨਫੋਰਮੇਸ਼ਨ ਹੈ ਅਪਡੇਟਸ ਦੇ ਬਾਰੇ ਕਿ ਕੀ ਰੂਲ ਐਂਡ ਰੈਗੂਲੇਸ਼ਨਸ ਆ ਰਹੇ ਹੈ, ਕਿਸ ਤਰ੍ਹਾਂ ਫਾਈਲਿੰਗ ਹੋਏਗੀ ਹੁਣ 2017 ਐਂਡ ਆਨਵਰਡਸ ਤੋਂ। ਇਹ ਸੇਮ ਐਸਾ ਨਾ ਆਸਟ੍ਰੇਲੀਅਨ ਵਾਂਗ ਲਿਆ ਜਾ ਰਿਹਾ, ਜਿਵੇਂ ਆਸਟ੍ਰੇਲੀਆ 457 ਬੰਦ ਕਰ ਦਿੱਤਾ ਗਿਆ, ਉਹ ਵੀ ਨਿਊਜ਼ੀਲੈਂਡ ਦੇ ਵਿੱਚ ਆ ਰਿਹਾ, ਸ਼ਾਇਦ ਉਹਨਾਂ ਦੇ ਸਮਝ ਸਟ੍ਰਿਕਟ ਹੋ ਜਾਏਗਾ ਕੁਝ। ਸੱਚ ਇਸ ਤਰ੍ਹਾਂ ਨਿਊਜ਼ੀਲੈਂਡ ਦੇਖੋ ਸਟ੍ਰਿਕਟ ਤੇ ਹੈ ਥੋੜ੍ਹਾ ਜਿਹਾ, ਰੂਲ ਐਂਡ ਰੈਗੂਲੇਸ਼ਨਸ ਅਗਰ ਆਪਾਂ ਫੰਡਿੰਗ ਤੋਂ ਵੀ ਲਈਏ, ਬਾਕੀ ਸਾਰਾ ਸਿਨੈਰੀਓ ਅਗਰ ਆਪਾਂ ਕੰਪੈਰੀਜ਼ਨ ਕਰਦੇ ਹਾਂ, ਤਾਂ ਨੈਚੁਰਲੀ ਪਿਛਲੇ ਕੁਝ ਸਾਲਾਂ ਤੋਂ ਨਿਊਜ਼ੀਲੈਂਡ 2016 ਆਨਵਰਡਸ ਸਟ੍ਰਿਕਟ ਹੋਇਆ ਹੈ। ਐਂਡ ਹੁਣ ਜਿਹੜਾ ਸਰ ਇੱਕ ਲੇਟੈਸਟ ਅਪਡੇਸ਼ਨ ਹੈਗਾ ਜੋ ਕਿ ਮੈਂ ਦੱਸਣਾ ਚਾਹਾਂਗੀ ਕਿ ਹਰ ਇੱਕ ਸਟੂਡੈਂਟ ਇਹ ਕਹਿ ਰਿਹਾ ਕਿ ਉੱਥੇ ਪੁਆਇੰਟਸ ਵਧਾ ਦਿੱਤੇ ਗਏ ਆ PLN ਵਾਸਤੇ, ਰਾਈਟ? ਇਨੀਸ਼ੀਅਲੀ ਜਿਹੜਾ ਸਿਨੈਰੀਓ ਸੀ, ਅਗਰ ਤੁਹਾਨੂੰ ਆਪਣਾ ਤਜੁਰਬਾ ਦੱਸੀਏ, ਅਸੀਂ ਹਰ ਇੱਕ ਸਟੂਡੈਂਟ ਨੂੰ ਇਹੀ ਗਾਈਡ ਕਰਦੇ ਸੀ ਕਿ ਤੁਸੀਂ 40 to 50,000 ਨਿਊਜ਼ੀਲੈਂਡ ਡਾਲਰਸ ਪਰ ਐਨਮ ਅਰਨ ਕਰਨਾ ਹੀ ਕਰਨਾ ਹੈ ਟੂ ਗੈਟ ਫਰਦਰ ਯੋਰ ਵਰਕ ਪਰਮਿਟ ਔਰ ਅੱਗੇ PR ਵਾਸਤੇ ਅਪਲਾਈ ਕਰਨ ਵਾਸਤੇ ਜੋ ਵੀ ਉਹਨਾਂ ਦਾ ਹੈਗਾ, ਠੀਕ ਹੈ? ਹੁਣ ਜਿਹੜੀ ਨਿਊਜ਼ੀਲੈਂਡ ਹਾਈ ਕਮਿਸ਼ਨ ਹੈ ਉਹਨੇ ਇੱਕ ਫਿਕਸਡ ਤੁਹਾਡਾ ਪਰ ਐਨਮ ਕਰ ਦਿੱਤਾ ਜੋ ਕਿ ਹੈ 48,000 ਨਿਊਜ਼ੀਲੈਂਡ ਡਾਲਰਸ, ਵਿਚ ਇਜ਼ ਨੋਟ ਅ ਵੈਰੀ ਬਿਗ ਚੇਂਜ। ਤਾਂ ਇਹਦੇ ਵਿੱਚ ਸਟੂਡੈਂਟਸ ਨੂੰ ਆਈ ਥਿੰਕ ਪੈਨਿਕ ਨਹੀਂ ਕ੍ਰੀਏਟ ਕਰਨਾ ਚਾਹੀਦਾ, ਪੈਨਿਕ ਨਹੀਂ ਹੋਣਾ ਚਾਹੀਦਾ। ਮੈਮ, ਇਹਦੇ 'ਚ ਜਿਹੜੀ ਚੇਂਜਿਸ ਆਉਣਗੀਆਂ ਜਾਂ ਕੁਛ ਜਿਵੇਂ ਹਾਲੇ ਨਿਊਜ਼ ਆ ਰਹੀਆਂ, ਤੁਸੀਂ ਗੱਲ 19 May ਨੂੰ ਪ੍ਰੋਪਰਲੀ ਅਪਡੇਸ਼ਨਸ ਆਉਣਗੀਆਂ, ਹਾਂਜੀ, ਹਾਲੇ ਇੰਪਲੀਮੈਂਟ ਨਹੀਂ ਹੋਇਆ, ਬਟ ਕੀ ਉਮੀਦ ਹੈ ਸਟੂਡੈਂਟਸ ਲਈ, ਬੈਨੀਫਿਸ਼ੀਅਲ ਹੋਏਗਾ ਜੋ ਨਵਾਂ ਅਪਡੇਟਸ ਆ ਰਹੀਆਂ ਜਾਂ ਕੁਛ ਉਹਦੇ 'ਚ ਲਿਆਇਆ ਜਾਏਗਾ ਸਟ੍ਰਿਕਟਨੈਸ ਦੇ ਕੋਲ? ਦੇਖੋ ਸਰ, ਇਸ ਤਰ੍ਹਾਂ ਹਾਲੇ ਅਸੀਂ ਕੁਛ ਨਹੀਂ ਕਹਿ ਸਕਦੇ ਜਦੋਂ ਤੱਕ ਸਾਡੇ ਕੋਲ ਪ੍ਰੋਪਰ ਇੱਕ ਕਲੈਰੀਫਿਕੇਸ਼ਨ ਈਮੇਲ ਜਾਂ ਸਾਡੇ ਕੋਲ ਇੱਕ ਪ੍ਰੋਪਰ ਕਲੈਰੀਫਿਕੇਸ਼ਨ ਨਹੀਂ ਆਉਂਦੀ, ਵੀ ਕੈਨ ਨੋਟ, ਅਸੀਂ ਕੁਛ ਨਹੀਂ ਕਹਿ ਸਕਦੇ। ਵੈਸੇ ਪ੍ਰੈਜੈਂਟ ਸਿਨੈਰੀਓ ਜੇ ਨਿਊਜ਼ੀਲੈਂਡ ਨੂੰ ਲੈ ਕੇ ਗੱਲ ਕਰੀਏ, ਕੀ ਦੇਖ ਰਹੇ ਹੋ? ਸਰ, ਪ੍ਰੈਜੈਂਟ ਸਿਨੈਰੀਓ ਕਾਫੀ ਅੱਛਾ ਹੈ। ਅਗਰ ਮੈਂ 2016 ਤੋਂ ਪਹਿਲਾਂ ਇਹ ਸਿਨੈਰੀਓ ਨੂੰ ਕੰਪੇਅਰ ਕਰਾਂ ਤਾਂ ਆਈ ਬਿਲੀਵ ਕਿ ਇਹ ਸਿਨੈਰੀਓ ਜ਼ਿਆਦਾ ਬੈਟਰ ਹੋਇਆ। ਵੀ ਆਰ ਹੈਵਿੰਗ ਗੁੱਡ ਸਟੂਡੈਂਟਸ, ਠੀਕ ਹੈ, ਜਿਹੜੇ ਜੈਨੂਅਲੀ ਉੱਥੇ ਜਾ ਕੇ ਸਟੱਡੀ ਕਰਨਾ ਚਾਹੁੰਦੇ ਆ, ਜਿਹੜੇ ਜੈਨੂਅਲੀ ਹੀ ਆਪਣਾ ਕਰੀਅਰ ਸੈਟਅਪ ਕਰਨਾ ਚਾਹੁੰਦੇ ਆ। ਗੁੱਡ ਸਟੂਡੈਂਟਸ ਤੋਂ ਤੁਸੀਂ ਕੀ ਭਾਵ ਲੈਂਦੇ ਹੋ? ਜਿਵੇਂ ਗੁੱਡ ਸਟੂਡੈਂਟਸ ਤੋਂ ਭਾਵ ਸਾਡਾ ਇਹ ਹੈ ਕਿ ਜਿਹੜਾ ਐਕਚੁਅਲੀ ਸਟੂਡੈਂਟ ਪੜ੍ਹਨਾ ਚਾਹੁੰਦਾ ਹੈ, ਨਾ ਕਿ ਸਿਰਫ ਇੱਕ ਫੋਰਨ ਕੰਟਰੀ ਦੇ ਵਿੱਚ ਐਂਟਰੀ ਪਹੁੰਚਣਾ ਚਾਹੁੰਦਾ, ਉਹ ਨਹੀਂ। ਹਾਂਜੀ, ਅਗਰ ਆਪਣਾ ਆਪਣਾ ਨੌਰਥ ਇੰਡੀਆ ਸਾਈਡ ਅਗਰ ਆਪਾਂ ਦੇਖਦੇ ਹਾਂ, ਇੱਥੇ ਸਰ ਮੇਨ ਆਪਾਂ ਕਹਿ ਸਕਦੇ ਹਾਂ 40 to 30% ਬੱਚਿਆਂ ਦਾ ਇਹੀ ਰਹਿੰਦਾ ਹੈ, ਜਾਂ ਐਕਸੀਡ ਵੀ ਕਰ ਸਕਦੇ ਹੋ ਤੁਸੀਂ ਉਸ ਪਰਸੈਂਟੇਜ ਨੂੰ, ਉਹਨਾਂ ਦਾ ਫਸਟ ਪ੍ਰਾਇਓਰਿਟੀ ਇਹੀ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਫੋਰਨ ਕੰਟਰੀ ਪਹੁੰਚ ਜਾਈਏ, ਰਾਈਟ? ਮਤਲਬ ਪਹੁੰਚ ਮਹਿਮ ਹੈ ਜਿਹੜੀ, ਉਹ ਤੁਸੀਂ ਮੰਨਦੇ ਹੋ ਜ਼ਿਆਦਾ? ਹਾਂਜੀ। ਹੁਣ ਜਿਹੜੇ ਗੁੱਡ ਸਟੂਡੈਂਟਸ ਆ ਰਹੇ ਨੇ, ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੇ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਵੀ ਇਹ ਬੈਟਰ ਨੇ? ਹਾਂਜੀ ਸਰ, ਅੱਜ ਕੱਲ੍ਹ ਦੀ ਜਿਹੜੀ ਪ੍ਰੋਫਾਈਲ ਸਾਡੇ ਕੋਲ ਆ ਰਹੀਆਂ ਨੇ, ਸਟੂਡੈਂਟਸ ਆਲਰੇਡੀ ਉਹਨਾਂ ਨੇ ਪ੍ਰੋਪਰ ਰਿਸਰਚ ਕੀਤੀ ਹੁੰਦੀ ਹੈ, ਐਂਡ ਅਸੀਂ ਖੁਦ ਰਿਕਮੈਂਡ ਕਰਦੇ ਹਾਂ ਤੁਹਾਨੂੰ 80% ਆਪਣੇ ਏਜੰਟ ਦੇ ਉੱਪਰ ਡਿਪੈਂਡ ਰਹਿਣਾ ਚਾਹੀਦਾ, 20% 30% ਰਿਸਰਚ ਤੁਹਾਨੂੰ ਖੁਦ ਵੀ ਕਰਨੀ ਚਾਹੀਦੀ ਹੈ। ਇੱਕ ਬੱਚਾ ਉਹਦੇ ਪੇਰੈਂਟਸ
8 to 10 lakh ਰੁਪਏ ਸਪੈਂਡ ਕਰ ਰਿਹਾ ਸਿਰਫ ਉਹਦੀ 1 year ਦੀ ਟਿਊਸ਼ਨ ਫੀ ਵਾਸਤੇ, ਤਾਂ ਨੈਚੁਰਲੀ ਉਸ ਪੇਰੈਂਟਸ ਨੂੰ ਵੀ ਇੰਨੀ ਅਵੇਅਰਨੈਸ ਹੋਣੀ ਚਾਹੀਦੀ ਹੈ, ਪਲੱਸ ਬੱਚੇ ਨੂੰ ਵੀ ਕਾਫੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਅਸੀਂ ਕਿਸ ਕੰਟਰੀ ਦੇ ਵਿੱਚ ਜਾ ਰਹੇ ਹਾਂ, ਕਿਹੜਾ ਕੋਰਸ ਅਸੀਂ ਸਿਲੈਕਟ ਕਰ ਰਹੇ ਹਾਂ ਐਂਡ ਕਿਉਂ ਜਾ ਰਹੇ ਹਾਂ, ਸਾਡੇ ਲਈ ਸਾਡੇ ਕਰੀਅਰ ਪ੍ਰੋਸਪੈਕਟਸ ਵਾਸਤੇ ਉਹ ਕਿਸ ਤਰ੍ਹਾਂ ਬੈਨੀਫਿਸ਼ੀਅਲ ਹੈ। ਬਟ ਹਰ ਜਗ੍ਹਾ ਸਾਡਾ ਇੱਕ ਗੁੱਡ ਨੰਬਰ ਆਫ ਵਾਕ ਇਨ ਸੀਗਾ, ਬਟ ਜੋ ਅਸੀਂ ਸਾਡਾ ਅਨਾਲਿਸਿਸ ਜੋ ਸਾਡੀ ਸਟੱਡੀ ਹੈ ਉਹ ਇਹ ਸੀਗੀ ਕਿ ਹਰ ਪੇਰੈਂਟ ਨੂੰ ਫੰਡਸ ਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਹੀ ਨਹੀਂ ਹੈ। ਹਰ ਗਲੀ ਗਲੀ ਦੇ ਵਿੱਚ ਏਜੰਟਸ ਖੁੱਲੇ ਹੋਏ ਆ, ਜੋ ਕਿ ਇੱਕ ਬਹੁਤ ਹੀ ਡਿਸਐਡਵਾਂਟੇਜ ਹੈ ਫੋਰ ਦ ਸਟੂਡੈਂਟ। ਤਾਂ ਅਸੀਂ ਇਸ ਮੀਡੀਅਮ ਦੇ ਥਰੂ ਆਈ ਵਾਂਟ ਟੂ ਅਵੇਅਰ ਦ ਸਟੂਡੈਂਟਸ ਕਿ ਤੁਸੀਂ ਹਮੇਸ਼ਾ ENZ ਮੈਂਬਰਸ ਜੋ ਕਿ ਸਪੈਸ਼ਲਾਈਜ਼ਡ ਨੇ ਆਪਣੀ ਸਟ੍ਰੀਮ ਦੇ ਵਿੱਚ, ਤੁਹਾਨੂੰ ਹਮੇਸ਼ਾ ਉਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ, ਬਿਕੋਜ਼ ਰਾਈਟ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਅਗਰ ਅਸੀਂ ਸਪੈਸ਼ਲਾਈਜ਼ਡ ਹਾਂ ਤਾਂ ਕੁਛ ਤਾਂ ਡਿਫਰੈਂਸ ਹੋਏਗਾ ਨਾ, ਜਿਹੜੇ ਗਲੀ ਗਲੀ ਏਜੰਟ ਖੁੱਲੇ ਆ, ਜਿਹੜੇ ਇਹ ਏਜੰਟਸ ਖੁੱਲੇ ਹੈ ਜਾਂ ENZ ਆ ਰਹੇ ਨੇ ਜਿਹੜੇ, ਇਹਨਾਂ ਵਿੱਚ ਫਰਕ ਬੇਸਿਕਲੀ ਤਾਂ ਪਲੱਸ ਟੂ ਜਿਹਨੇ ਹੁਣੇ ਕੀਤੀ ਹੈ ਹੁਣ ਉਹ ਇੱਕਦਮ ਮਾਰਕੀਟ ਦੇ ਵਿੱਚ ਜਾਂਦਾ, ਉਹਨੂੰ ਨਹੀਂ ਪਤਾ ਲੱਗਦਾ। ਹਾਂਜੀ, ਉਹ ਹਰ ਇੱਕ ਨੂੰ ਹੀ ਵਧੀਆ ਗਿਣਦਾ, ਹਰ ਇੱਕ ਦੇ ਆਫਿਸ ਨੂੰ ਵਧੀਆ ਦੇਖ ਕੇ ਉਹਨੂੰ ਵਧੀਆ ਗਿਣਨਾ ਸ਼ੁਰੂ ਹੋ ਜਾਂਦਾ। ਐਕਚੁਅਲ ਜੇ ਦਾ ਸਟੂਡੈਂਟ ਤੁਸੀਂ ਆਪਣੇ ਆਪ ਨੂੰ ਦੇਖੋ ਤਾਂ ਕਿਵੇਂ ਰਿਸਰਚ ਕਰੋਗੇ ਇੱਕ ਚੰਗੇ ਕੰਸਲਟੈਂਟ? ਕੰਸਲਟੈਂਟਸ ਦੀ ਸਰ ਰਿਸਰਚ ਸਭ ਤੋਂ ਪਹਿਲਾਂ ਤਾਂ ਤੁਸੀਂ ਵੈਬਸਾਈਟ ਤੇ ਜਾਓ, govt.nz ਜਿਹੜੀ ਗਵਰ, ਤੁਸੀਂ ਪਹਿਲਾਂ ਆਪਣੀ ਕੰਟਰੀ ਸਿਲੈਕਟ ਕਰੋ, ਕੰਟਰੀ ਸਿਲੈਕਸ਼ਨਸ ਤੋਂ ਬਾਅਦ ਤੁਸੀਂ govt ਜੋ ਵੀ ਉਹਨਾਂ ਦੀ ਵੈਬਸਾਈਟਸ ਹੈ ਉਹਦੇ ਤੇ ਤੁਸੀਂ ਵਿਜ਼ਿਟ ਕਰੋ, ਉੱਪਰ ਤੋਂ ਉੱਥੇ ਤੁਹਾਨੂੰ ਪ੍ਰੋਪਰ ਇੱਕ ਲਿਸਟਿੰਗ ਆ ਜਾਂਦੀ ਹੈ, ਠੀਕ ਹੈ, ਕਿ ਇਹ ਜਿਹੜੇ ਏਜੰਟਸ ਹੈ ਦੀਜ਼ ਆਰ ਸਪੈਸ਼ਲਾਈਜ਼ਡ ਫਾਰ ਨਿਊਜ਼ੀਲੈਂਡ ਔਰ ਅਦਰ ਕੰਟਰੀਜ਼ ਜੋ ਉਹਨਾਂ ਦੀ ਬਾਕੀ ਦਾ ਹੁੰਦਾ ਹੈ। ਫਸਟ ਸਟੈਪ ਤੁਹਾਡਾ ਇਹ ਹੈ, ਅਦਰਵਾਈਜ਼ ਸਰ ਅੱਜ ਕੱਲ੍ਹ ਦੇ ਮੀਡੀਅਮ ਇੰਨਾ ਹੈ, ਤੁਸੀਂ TV ਸੁਣੋ, ਰੇਡੀਓ ਸੁਣੋ, ਉੱਥੋਂ ਦੀ ਆਪਣਾ ਪ੍ਰੋਪਰ ਰਿਸਰਚ ਕਰੋ ਐਂਡ ਦੈਨ ਯੂ ਕੰਟੈਕਟ ਯੋਰ ਏਜੰਟ। ਜਦੋਂ ਕਈ ਸਟੂਡੈਂਟ ਸਰ ਇੱਥੇ ਜਿਹੜਾ ਮੇਜਰ ਡਿਫਰੈਂਸ ਹੈਗਾ, ਹਰ ਜਿਹੜਾ ਏਜੰਟ ਹੈ ਉਹਦੀ ਆਪਣੀ ਕੋਈ ਸਪੈਸ਼ਲਿਟੀ ਹੈ, ਹੁਣ ਜਿਹੜਾ ਕੈਨੇਡਾ ਕਰਦਾ ਉਹ ਉਹਦੇ ਲਈ ਪਰਫੈਕਟ ਹੈ, ਜਿਹੜਾ ਆਸਟ੍ਰੇਲੀਆ ਕਰਦਾ ਉਹ ਉਹਨਾਂ ਲਈ ਪਰਫੈਕਟ। ਪਰ ਤਨਵੀਰ ਜੀ, ਤਰਾਸਦੀ ਦੀ ਗੱਲ ਇਹ ਹੈ, ਜਵਾਬ ਕੋਈ ਵੀ ਨਹੀਂ ਦਿੰਦਾ, ਜੇ ਕੈਨੇਡਾ ਵਾਲੇ ਕੋਲ ਨਿਊਜ਼ੀਲੈਂਡ ਆ ਜਾਵੇ, ਨਿਊਜ਼ੀਲੈਂਡ ਵਾਲੇ ਕੋਲ ਕੈਨੇਡਾ ਜਾਂ ਆਸਟ੍ਰੇਲੀਆ ਆ ਜਾਵੇ, ਉਹ ਕਦੀ ਨਹੀਂ ਕਹਿੰਦਾ ਮੈਂ ਨਹੀਂ ਕਰਾਂਗਾ ਕਿਸੇ ਹੋਰ ਤੋਂ। ਹਾਂਜੀ, ਦੇਖੋ ਇਹ ਤਾਂ ਫਿਰ ਏਜੰਟਸ ਦੀ ਵੀ ਡਿਊਟੀ ਬਣਦੀ ਹੈ ਕਿ ਤੁਸੀਂ ਰਾਈਟ ਤਰੀਕੇ ਨਾਲ ਬੱਚੇ ਨੂੰ ਰਾਈਟ ਵੇ ਦੇ ਨਾਲ ਗਾਈਡ ਕਰੋ, ਸੋ ਦੈਟ ਉਹਨਾਂ ਦੇ ਫਿਊਚਰ ਦਾ ਸਵਾਲ ਹੈ, ਹੈ ਨਾ। ਪਲੱਸ ਤੁਹਾਡੀ ਕਾਫੀ ਚੀਜ਼ਾਂ ਇਹਨਾਂ ਨਾਲ ਜੁੜੀਆਂ ਹੁੰਦੀਆਂ, ਤੁਹਾਡੇ ਫੰਡਿੰਗਸ ਜੁੜੇ ਹੁੰਦੇ ਆ, ਤੁਹਾਡੀ ਕੰਪਨੀ ਦੀ ਰੈਪੂਟੇਸ਼ਨ ਜੁੜੀ ਹੁੰਦੀ ਹੈ, ਤੁਹਾਡਾ ਰੈਫਰੈਂਸ ਇੰਨਾ ਜਨਰੇਟ ਹੁੰਦਾ। ਇਫ ਵਨ ਸਟੂਡੈਂਟ ਇਜ਼ ਸੈਟਿਸਫਾਈਡ ਸਰ, ਉਹ ਸਾਨੂੰ 10-15 ਰੈਫਰੈਂਸਿਸ ਇਸ ਤਰ੍ਹਾਂ ਦੇ ਜਾਂਦੇ ਆ। ਆਲ ਗੁੱਡ ਸਟੂਡੈਂਟਸ ਦੇ ਬੀ ਇਨ ਟੱਚ ਵਿਦ ਦੇਅਰ ਕਾਉਂਸਲਰਸ। ਜਿਵੇਂ ਇੱਕ ਐਜੂਕੇਸ਼ਨ ਫੇਅਰ ਹੁੰਦਾ, ਉਹਦੇ ਵਿੱਚ ਅਲੱਗ ਅਲੱਗ ਜਦੋਂ ਰਿਪ੍ਰੈਜੈਂਟੇਟਿਵ ਆਉਂਦੇ ਨੇ, ਬੱਚੇ ਉਹਨਾਂ ਨੂੰ ਮਿਲਦੇ ਆ, ਇੱਕ ਫੰਡਸ ਲਈ ਕਿਉਂ ਨਹੀਂ ਇੱਕ ਅਲੱਗ ਤੋਂ ਲਵਾਇਆ ਜਾਂਦਾ ਜਿਹੜਾ ਸਾਈਟ, ਤਾਂ ਸਿਰਫ ਫੰਡਸ ਨੂੰ ਹੀ ਜਿੱਥੇ ਗਾਈਡ ਕੀਤਾ ਜਾਵੇ, ਬਿਕੋਜ਼ ਨਿਊਜ਼ੀਲੈਂਡ ਦੀ ਜੇ ਗੱਲ ਕਰੀਏ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਫੰਡ ਬਣਿਆ ਹੋਇਆ ਫੰਡਸ ਤੇ ਹੈ। ਹਾਂਜੀ ਸਰ, ਹਰ ਕੰਟਰੀ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ, ਆਪਣੀ ਇੱਕ ਅਲੱਗ ਸਪੈਸੀਫਿਕੇਸ਼ਨ, ਆਪਣਾ ਇੱਕ ਅਲੱਗ ਰੂਲ ਹੈ। ਕੈਨੇਡਾ ਜਿਹੜਾ ਹੈਗਾ ਉਹ ਅਕੈਡਮਿਕਸ ਦੇ ਉੱਪਰ ਫੋਕਸ ਕਰਦਾ ਹੈ ਕਿ ਉਹਨਾਂ ਨੂੰ 70-80% ਵਾਲੇ ਬੱਚੇ ਚਾਹੀਦੇ, ਉਹਨਾਂ ਨੂੰ ਫੰਡਿੰਗ ਨੂੰ ਕੋਈ ਮਤਲਬ ਨਹੀਂ ਹੈ। ਸੇਮ ਇਜ਼ ਆਫ ਆਸਟ੍ਰੇਲੀਆ, ਆਸਟ੍ਰੇਲੀਆ ਵੀ ਉਹਨਾਂ ਨੂੰ ਹਾਇਰ ਪਰਸੈਂਟੇਜ ਵਾਲੇ ਬੱਚੇ ਹੀ ਚਾਹੀਦੇ। ਅਗਰ ਮੈਂ ਗੱਲ ਕਰਦੀ ਹਾਂ ਨਿਊਜ਼ੀਲੈਂਡ ਦੀ, ਨਿਊਜ਼ੀਲੈਂਡ ਨੂੰ ਚਾਹੀਦੇ ਹੈ 50% ਵਾਲੇ ਬੱਚੇ ਵੀ ਉਹ ਅਸੈਪਟ ਕਰ ਲੈਣਗੇ, ਬਟ ਫੰਡਿੰਗ ਦੇ ਉੱਪਰ ਅਗਰ ਆਉਂਦਾ ਹੈ ਤਾਂ ਉਹਨਾਂ ਨੂੰ ਵੈਲ ਸੋਰਸਡ ਫੰਡਸ ਚਾਹੀਦੇ ਆ, ਠੀਕ ਹੈ। ਅਗਰ ਜੋ ਤੁਹਾਡਾ ਕੁਐਸਚਨ ਸੀਗਾ ਕਿ ਫੇਅਰਸ ਦੇ ਉੱਪਰ ਕਿਉਂ ਨਹੀਂ ਇਹ ਹੁੰਦਾ, ਸਰ ਫੇਅਰਸ ਦੇ ਉੱਪਰ ਅਗਰ ਅਸੀਂ ਆਪਣੀ ਮਿਡਵੇ ਐਜੂਕੇਸ਼ਨ ਕੰਸਲਟੈਂਸੀ ਦੀ ਗੱਲ ਕਰਦੇ ਹਾਂ, ਸਾਡੇ ਫੇਅਰਸ ਦੇ ਉੱਤੇ ਸਾਡੇ ਸਾਰਾ ਸਟਾਫ ਜੋ ਕਿ ਕੰਪਲੀਟਲੀ ਟ੍ਰੇਨ ਸਟਾਫ ਹੈ, ਸਾਡਾ ਫਸਟ ਡੈਕਸ ਹੁੰਦਾ ਹੈ ਕਾਲਜ ਵਾਲਿਆਂ ਨਾਲ ਮਿਲਾ ਕੇ। ਸਾਡੀ ਹਮੇਸ਼ਾ ਇਹ ਪ੍ਰਾਇਓਰਿਟੀ ਰਹਿੰਦੀ ਹੈ ਕਿ ਬੱਚੇ ਨੂੰ ਅਸੀਂ ਫੰਡਸ ਦਾ ਪ੍ਰੋਪਰ ਪਾਰਟ ਸਮਝਾ ਕੇ ਫਿਰ ਹੀ ਉਹ ਸਾਡੇ ਫੇਅਰ ਤੋਂ ਐਗਜ਼ਿਟ। ਇਹ ਵੀ ਇੱਕ ਬਹੁਤ ਵੱਡੀ ਜ਼ਰੂਰਤ ਹੈ ਫੰਡ ਨੂੰ ਲੈ ਕੇ ਪ੍ਰੋਪਰਲੀ ਨੌਲੇਜ ਬੱਚੇ ਨੂੰ ਪਹੁੰਚਾਉਣਾ। ਹਾਂਜੀ, ਸੋ ਮੈਡਵੇ ਤੋਂ ਆਏ ਐਕਸਪਰਟ ਤਨਵੀਰ ਜੀ ਮੇਰੇ ਨਾਲ ਨੇ, ਜੋ ਕਿ ਮੈਡਵੇ ਬਾਰੇ ਤੁਸੀਂ ਜਾਣਦੇ ਹੋ, ਜਗਜੀਤ ਜੀ ਜੁੜਦੇ ਆਉਂਦੇ ਨੇ ਲੰਬੇ ਸਮੇਂ ਤੋਂ, ENZ ਆ ਰਹੇ ਮੈਂਬਰ ਨੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਨਿਊਜ਼ੀਲੈਂਡ ਨੂੰ ਲੈ ਕੇ ਆ ਰਿਹਾ ਤਾਂ ਡਾਇਰੈਕਟ ਇਹਨਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
ਅੰਮ੍ਰਿਤਸਰ, ਜਲੰਧਰ, ਪਟਿਆਲਾ, ਚੰਡੀਗੜ੍ਹ, ਦਿੱਲੀ, ਹਰ ਜਗ੍ਹਾ ਦੇ ਇਹਨਾਂ ਦੇ ਆਫਿਸ ਨੇ। ਜਿਹੜਾ ਵੀ ਨੇੜੇ ਪੈਂਦਾ ਤੁਸੀਂ ਉੱਥੇ ਜਾ ਕੇ ਆਪਣੀ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਸਕਦੇ ਹੋ। ਮੈਮ, ਜਿਵੇਂ ਤੁਸੀਂ ਹੈੱਡ ਆਫਿਸ ਤੁਹਾਡਾ ਡੈਲੀ ਹੈ, ਤੁਸੀਂ ਵੀ ਡੈਲੀ ਬੈਠਦੇ ਹੋ, ਸਾਰੇ ਬ੍ਰਾਂਚਿਸ ਨੂੰ ਲੁੱਕ ਆਫਟਰ ਕਰਦੇ ਹੋ, ਤੁਹਾਡੇ ਕੋਲ ਬੱਚੇ ਦੀ ਪ੍ਰੋਫਾਈਲ ਡੈਲੀ ਵਾਲੇ ਦੀ ਵੀ ਆਉਣੀ ਹੈ, ਚੰਡੀਗੜ੍ਹ ਵਾਲੇ ਦੀ ਵੀ ਆਉਣੀ ਹੈ, ਪੰਜਾਬ ਵਾਲੇ ਦੀ ਵੀ ਆਉਣੀ ਹੈ। ਬਿਲਕੁਲ ਕੀ ਡਿਫਰੈਂਸ ਦੇਖਦੇ ਹੋ ਤਿੰਨਾਂ ਬੱਚਿਆਂ ਦੀ ਪ੍ਰੋਫਾਈਲਸ ਦੇ ਵਿੱਚ? ਸਰ, ਡੈਲੀ ਵਾਲੇ ਜਿਹੜੇ ਬੱਚੇ ਹੁੰਦੇ ਨਾ, ਉਹ ਆਲਰੇਡੀ ਬਹੁਤ ਬ੍ਰਸ਼ਡ ਅਪ ਬੱਚੇ ਹੁੰਦੇ ਆ। ਸਾਡੇ ਪੰਜਾਬ ਦੇ ਜਿਹੜੇ ਬੱਚੇ ਆ ਨਾ, ਪੇਰੈਂਟਸ ਆਪਾਂ ਕਹਿ ਸਕਦੇ ਵੈਲ ਐਜੂਕੇਟਿਡ ਨਹੀਂ ਹੈ, ਬਿਲਕੁਲ ਪੋਲੇ ਬੱਚੇ ਹੁੰਦੇ ਆ। ਉਹਨਾਂ ਨੂੰ ਤੁਸੀਂ ਜਿਸ ਤਰ੍ਹਾਂ ਮੋਲਡ ਕਰ ਲਓਗੇ ਉਹ ਉਸ ਤਰ੍ਹਾਂ ਹੋ ਜਾਂਦੇ ਆ। ਬਟ ਦਿਸ ਇਜ਼ ਦ ਡਿਊਟੀ ਆਫ ਦੀ ਕੰਸਲਟੈਂਟ ਆਲਸੋ ਕਿ ਤੁਸੀਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਤੁਸੀਂ ਕੀ ਰਾਈਟ ਪਾਥਵੇ ਦੱਸਦੇ ਹੋ, ਹੈ ਨਾ। ਤਾਂ ਆਈ ਥਿੰਕ ਕਿ ਮੈਡਵੇ ਐਜੂਕੇਸ਼ਨ ਕੰਸਲਟੈਂਸੀ ਇਸ ਦੇ ਵਿੱਚ ਬਹੁਤ ਹੀ ਅਸੀਂ ਮਤਲਬ ਬਹੁਤ ਹੀ ਪ੍ਰੋਫੈਸ਼ਨਲ ਵੇ ਦੇ ਨਾਲ ਅਸੀਂ ਵਰਕ ਕਰਦੇ ਹਾਂ। ਜੋ ਬੱਚੇ ਦਾ ਪ੍ਰੋਫਾਈਲ ਹੈ ਉਹਨੂੰ ਉਸ ਦੇ ਹਿਸਾਬ ਦੇ ਨਾਲ ਹੀ ਪ੍ਰੋਪਰ ਗਾਈਡੈਂਸ ਦਿੱਤੀ ਜਾਂਦੀ ਹੈ। ਇੰਜੀਨੀਅਰਿੰਗ ਸਟੂਡੈਂਟ ਨੂੰ ਕੁੱਕਰੀ ਦੇ ਵਿੱਚ ਅਸੀਂ ਨਹੀਂ ਭੇਜਦੇ, ਨੋਨ ਮੈਡੀਕਲ ਬੱਚਿਆਂ ਨੂੰ ਅਸੀਂ ਕੁੱਕਰੀ ਨਹੀਂ ਔਫਰ ਕਰਦੇ, ਉਹਨਾਂ ਨੂੰ ਉਹੀ ਔਫਰ ਕਰਦੇ ਹਾਂ ਜੋ ਉਹਨਾਂ ਦੀ ਸਟ੍ਰੀਮ ਦੇ ਨਾਲ ਰਿਲੇਟਡ ਹੋਵੇ। ਸੋ ਦੈਟ ਇੱਕ ਵਾਰ ਬੱਚਾ ਅਗਰ ਇੱਧਰੋਂ ਜਾਂਦਾ ਹੈ ਤਾਂ ਉਹਦਾ ਰੈਸਟ ਜਿਹੜਾ ਹੈਗਾ, ਜੋ ਵੀ ਉਹਨੇ ਫਿਊਚਰ ਪ੍ਰੋਸਪੈਕਟਿਵ ਵਾਸਤੇ ਉਹਨੇ ਸੋਚਿਆ ਹੋਇਆ, ਉਹ ਉਹਦਾ ਡਿਸਟਰਬ ਨਾ ਹੋਵੇ। ਜਿਹੜੇ ਤੁਸੀਂ ਡੈਲੀ ਵਾਲੇ ਬੱਚੇ ਕਹਿੰਦੇ ਵੀ ਆਲਰੇਡੀ ਬਲੱਸਟ ਅਪ ਹੁੰਦੇ ਆ, ਉਹ ਰਿਸਰਚ ਕਰਦੇ ਨੇ ਪ੍ਰੋਪਰ? ਬਿਲਕੁਲ ਸਰ, ਮੈਟਰੋ ਸਿਟੀ ਵਾਲੇ ਬੱਚੇ ਤਾਂ ਆਲਰੇਡੀ ਬ੍ਰਸ਼ਡ ਅਪ ਹੁੰਦੇ, ਉਹਨਾਂ ਦੇ ਪੇਰੈਂਟਸ ਇੰਨੇ ਬ੍ਰਸ਼ਡ ਅਪ ਹੁੰਦੇ, ਉੱਥੇ ਸਾਡੇ ਕੋਲ ਸਾਰੇ ਆਪਸ਼ਨਸ ਲੈ ਕੇ ਆਉਂਦੇ ਆ। ਅੱਛਾ ਠੀਕ ਹੈ, ਇਹ ਆਪਸ਼ਨ ਹੈ, ਤੁਸੀਂ ਸਾਨੂੰ ਦੱਸੋ ਵਿਚ ਇਜ਼ ਦ ਬੈਸਟ ਵਨ ਅਮੰਗ ਦਿਸ, ਹੈ ਨਾ। ਬਟ ਅਗਰ ਆਪਾਂ ਨੌਰਥ ਜ਼ੋਨ ਦੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਸਰ, ਇੱਥੇ ਸਾਨੂੰ ਬੱਚਿਆਂ ਨੂੰ, ਇਟ ਇਜ਼ ਆਰ ਡਿਊਟੀ ਕਿ ਸਾਨੂੰ, ਅਸੀਂ ਉਹਨਾਂ ਨੂੰ ਰਾਈਟ ਆਪਸ਼ਨਸ ਦਈਏ, ਵੀ ਗਿਵ ਦੈਮ 4 to 5 ਆਪਸ਼ਨਸ, ਉਹਨਾਂ ਦੇ ਵਿੱਚੋਂ ਸਿਲੈਕਟ ਕਰਨ ਕਿ ਵਿਚ ਇਜ਼ ਦ ਬੈਸਟ। ਉਹਦੇ ਵਿੱਚ ਉਹ ਕਹਿੰਦੇ ਵਿਚ ਇਜ਼ ਦ ਬੈਸਟ ਜਾਂ ਕਹਿੰਦੇ ਵੀ ਸੌਖਾ ਕਿਹੜਾ? ਬਿਲਕੁਲ ਜੀ, ਕਿਹੜਾ ਮੰਗਿਆ ਜਾਂਦਾ ਇੱਥੇ ਨੌਰਥ ਦੇ ਵਿੱਚ? ਸੌਖਾ ਸੌਖਾ ਹੀ ਮੰਗਿਆ ਜਾਂਦਾ ਸਰ। ਹਾਂਜੀ, ਕਿਵੇਂ? ਇਸ ਤਰ੍ਹਾਂ ਨਹੀਂ ਹੈ, ਮਤਲਬ 50-50% ਆਪਾਂ ਕਹਿ ਸਕਦੇ ਹਾਂ। ਤਨਵੀਰ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ, ਤੁਸੀਂ ਸਾਰਿਆਂ ਨੂੰ ਲੁੱਕ ਆਫਟਰ ਕਰਦੇ ਹੋ, ਡੈਲੀ ਵੀ ਹੈ, ਪੰਜਾਬ ਵੀ, ਜਿਵੇਂ ਪਹਿਲੇ ਜ਼ਿਕਰ ਕੀਤਾ। ਹਾਂਜੀ, ਇੱਕ ਪੰਜਾਬ ਦੀ ਪ੍ਰੋਫਾਈਲ ਜਦੋਂ ਆਉਂਦੀ ਹੈ, ਹਮੇਸ਼ਾ ਸੁਣਨ ਦੇ ਵਿੱਚ ਆਉਂਦਾ ਉਹਨਾਂ ਦਾ ਇਹ ਹੁੰਦਾ ਵੀ ਕੋਰਸ ਉਹ ਦੇ ਦਿਓ ਜਿਹਦੇ 'ਚ PR ਹੋ ਜਾਵੇ, ਕੋਰਸ ਉਹ ਦੇ ਦਿਓ ਜਿਹਦੀ ਕਲਾਸਿਸ ਘੱਟ ਲੱਗਣ, ਕੋਰਸ ਉਹ ਦੇ ਦਿਓ ਜਿਹਦੀ ਫੀਸ ਸਟਰਕਚਰ ਘੱਟ ਹੋਵੇ। ਜਦੋਂ ਇੱਦਾਂ ਦੀ ਕੁਐਰੀਜ਼ ਪਹੁੰਚਦੀਆਂ, ਕਿਵੇਂ ਲੱਗਦਾ ਵੀ ਕੀ ਫਰਕ ਹੈ? ਹਾਂਜੀ ਸਰ, ਬਹੁਤ ਫਰਕ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਇਹ ਚੀਜ਼ ਮੈਂਸ਼ਨ ਕੀਤੀ, ਇਹ ਕਾਉਂਸਲਰ ਦੀ ਡਿਊਟੀ ਹੈ ਕਿ ਤੁਸੀਂ ਉਹਨਾਂ ਨੂੰ ਕੀ ਬੈਸਟ ਆਫਰ ਕਰਨਾ। ਨਹੀਂ, ਪਰ ਜਦੋਂ ਘਰੋਂ ਸੋਚ ਹੀ ਉਹ ਬਣ ਕੇ ਆ ਗਈ ਵੀ ਮੈਂ ਇਹ ਚੀਜ਼ਾਂ ਲੈਣੀ ਹੈ, ਫਿਰ ਕਿੱਦਾਂ ਉਸ ਚੀਜ਼ ਨੂੰ ਜਿਹੜਾ ਤੁਸੀਂ ਕਰੋਗੇ ਵੀ ਇਹਨੂੰ ਕਨਵਿੰਸ ਕਰਕੇ ਨਹੀਂ ਦੂਜੇ ਪਾਸੇ ਲੈ ਜਾਵੇ? ਸਰ, ਇਹ ਜਿਹੜੀ ਸੋਚ ਦੇ ਨਾਲ ਬੱਚੇ ਆਉਂਦੇ ਆ ਨਾ, ਇਹੀ ਬੱਚੇ ਹੈ ਜਿਹੜੇ ਅਨਪ੍ਰੋਫੈਸ਼ਨਲ ਏਜੰਟਸ ਦੇ ਕੋਲ ਜਾਂਦੇ ਆ ਜਾਂ ਮਿਸਗਾਈਡ ਕਰਦੇ ਆ। ਜਿਹੜੇ ਅੱਛੇ ਪ੍ਰੋਫੈਸ਼ਨਲ ਜਿਹੜੇ ENZ ਮੈਂਬਰਸ ਜਾਂ ਦੂਸਰੀ ਕੰਸਲਟੈਂਸੀਜ਼ ਹੈ, ਇਸ ਤਰ੍ਹਾਂ ਦੇ ਬੱਚੇ ਉਹਨਾਂ ਦੇ ਕੋਲ ਆਉਂਦੇ ਹੀ ਨਹੀਂ, ਪਹੁੰਚ ਹੀ ਨਹੀਂ ਪਾਉਂਦੇ ਉੱਥੋਂ ਤੱਕ, ਠੀਕ ਹੈ। ਤਾਂ ਵਟ ਆਈ ਬਿਲੀਵ ਕਿ ਇਸਨੂੰ ਠੀਕ ਕਰਨ ਵਾਸਤੇ ਏਜੰਟਸ ਦੀ ਡਿਊਟੀ ਫਸਟ ਬਣਦੀ ਹੈ ਕਿ ਉਹਨਾਂ ਨੂੰ ਇੱਕ ਰਾਈਟ ਪਾਥਵੇ ਦੱਸਿਆ ਜਾਏ ਕਿ ਦਿਸ ਇਜ਼ ਨੋਟ ਦ ਮੈਟਰ ਕਿ ਜਸਟ ਇੱਕ ਐਂਟਰੀ ਲੈ ਲਿੱਤੀ। ਸਭ ਤੋਂ ਵੱਡੀ ਤਰਾਸਦੀ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਦੇਖਣ ਨੂੰ ਆਉਂਦੀ ਹੈ, ਸਭ ਤੋਂ ਇੰਪੋਰਟੈਂਟ ਡਾਕੂਮੈਂਟ ਜਿਹਦੇ ਵਿੱਚ ਬੱਚੇ ਦਾ ਰੋਲ 100% ਜ਼ਰੂਰੀ ਹੈ, ਉਹ ਹੈ ਨਹੀਂ, ਦੈਟਸ ਅ SOP। ਬੱਚੇ ਦੀ ਇਨਵੋਲਵਮੈਂਟ ਨਹੀਂ ਹੁੰਦੀ, ਬੱਚੇ ਦੀ ਕੋਈ ਇਨਵੋਲਵਮੈਂਟ, ਬੱਚੇ ਨੂੰ ਪਤਾ ਹੀ ਨਹੀਂ ਹੁੰਦਾ। ਹਾਂਜੀ, ਇਨਫੈਕਟ ਸਾਡੇ ਕੋਲ ਬਹੁਤ ਸਟੂਡੈਂਟਸ ਇਸ ਤਰ੍ਹਾਂ ਦੇ ਆਉਂਦੇ, ਬਿਕੋਜ਼ ਜਿਹੜਾ ਇੱਕ ਬੱਚਾ ਹੈ ਉਹ ਆਲਰੇਡੀ ਮਾਰਕੀਟ ਨੂੰ ਬਹੁਤ ਵਾਰੀ ਰਿਸਰਚ ਕਰਦਾ ਹੈ, ਐਂਡ ਵੈਨ ਹੀ ਕਮਸ ਟੂ ਮੀ ਔਰ ਦੀ ਅਦਰ ਕਾਉਂਸਲਰਸ ਐਜ਼ ਵੈਲ, ਉਹ ਮੈਂਸ਼ਨ ਕਰਦਾ ਹੈ ਕਿ SOP 'ਤੇ ਮੈਮ ਦੂਸਰੇ ਏਜੰਟ ਨੇ ਕਿਹਾ ਸੀ ਤੁਸੀਂ ਆਪੇ, ਮਤਲਬ ਉਹਨਾਂ ਨੇ ਕਿਹਾ ਸੀ ਅਸੀਂ ਆਪੇ ਲਿਖ ਲਾਂਗੇ, ਬਟ ਇਹ ਜਿਹੜਾ ਕ੍ਰਾਈਟੀਰੀਆ ਹੈ ਮੈਡਵੇ ਕੰਸਲਟੈਂਟਸ, ਅਸੀਂ ਬਿਲਕੁਲ ਵੀ ਫੋਲੋ ਨਹੀਂ ਕਰਦੇ। ਅਸੀਂ ਹਮੇਸ਼ਾ ਸਟੂਡੈਂਟਸ ਨੂੰ ਇਨਕਰੇਜ ਕਰਦੇ ਹਾਂ। ਮੈਂ ਇੱਥੇ ਪੁੱਛਣਾ ਚਾਹੁੰਦਾ, ਕਿਉਂਕਿ ਤਨਵੀਰ ਮੈਮ ਇਸ ਟਾਈਮ ਹਜ਼ਾਰਾਂ ਬੱਚੇ, ਹਜ਼ਾਰਾਂ ਪੇਰੈਂਟਸ ਜਿਹੜੇ ਨੇ ਤੁਹਾਨੂੰ ਸੁਣ ਰਹੇ ਨੇ, SOP ਦੀ ਇੰਪੋਰਟੈਂਸ ਕੀ ਹੈ, ਇੱਕ ਬੱਚੇ ਵੱਲੋਂ ਆਪਣੇ ਵੱਲੋਂ ਲਿਖੀ SOP ਕਿਉਂ ਜ਼ਰੂਰੀ ਹੈ? ਹਾਂਜੀ ਸਰ, ਆਪਣੇ ਵੱਲੋਂ ਇੱਕ ਸਟੇਟਮੈਂਟ ਆਫ ਪਰਪਸ ਲਿਖਣਾ ਬਹੁਤ ਹੀ ਇੱਕ ਇੰਪੋਰਟੈਂਟ ਚੀਜ਼ ਹੈ। ਉਹਦਾ ਸਰ ਰੀਜ਼ਨ ਇਹ ਹੈ ਕਿ ਤੁਸੀਂ ਆਪਣੀ ਇੰਡੀਅਨ ਕੁਆਲੀਫਿਕੇਸ਼ਨ ਤੋਂ ਇਲਾਵਾ ਤੁਸੀਂ ਯੂ ਆਰ ਗੋਇੰਗ ਅਬਰੋਡ, ਤੁਸੀਂ ਨੀਅਰ ਬਾਈ 8-10 lakh ਰੁਪੀਜ਼ ਯੂ ਆਰ ਸਪੈਂਡਿੰਗ, ਐਂਡ SOP ਇਜ਼ ਓਨਲੀ ਦ ਮੀਡੀਅਮ ਜੋ ਇੱਕ ਬੱਚੇ ਦੇ ਬਾਰੇ ਡਿਫਾਈਨ ਕਰਵਾਉਂਦਾ ਹੈ ਕਿ ਇਸ ਬੱਚੇ ਨੇ ਕਿੰਨੀ ਰਿਸਰਚ ਕੀਤੀ ਹੈ, ਹੈ ਨਾ। ਅਗਰ ਤਾਂ ਬੱਚਾ ਕਾਪੀ ਪੇਸਟ ਵਾਲਾ ਹੁੰਦਾ ਹੈ ਉਹ ਵੀ ਪਤਾ ਲੱਗ ਜਾਂਦਾ ਹੈ, ਅਗਰ ਬੱਚੇ ਨੇ ਪ੍ਰੋਪਰ ਰਿਸਰਚ ਕਰਕੇ SOP ਲਿਖੀ ਹੁੰਦੀ ਹੈ ਉਹ ਵੀ ਪਤਾ ਚੱਲ ਜਾਂਦਾ ਹੈ, ਉੱਥੋਂ ਬੱਚੇ ਦੀ ਇੰਟੈਂਸ਼ਨਸ ਪਤਾ ਚੱਲ ਜਾਂਦੀਆਂ ਹੈ। ਇੰਟੈਂਸ਼ਨਸ ਕਲੀਅਰ ਹੁੰਦੀਆਂ ਨੇ, ਬਟ ਜਦੋਂ ਅੱਜ ਆਪਾਂ ਗੱਲ ਕਰਦੇ ਹਾਂ ਇੰਟਰਵਿਊ ਦੀ, ਇੰਟਰਵਿਊ ਇਜ਼ ਮੇਕਅਪ ਬੇਸਿਕਲੀ ਜੇ ਗੱਲ ਕਰੀਏ 95% ਬੇਸਡ ਔਨ SOP। ਹਾਂ,
ਕੰਪਲੀਟਲੀ ਕੰਪਲੀਟਲੀ ਹਾਂ ਸੋ ਜੇ ਐਸਓਪੀ ਦੇ ਵਿੱਚ ਬੱਚੇ ਦੀ ਇਨਵੋਲਵਮੈਂਟ ਨਹੀਂ ਹੈ ਉਹ ਇੰਟਰਵਿਊ ਕੀ ਦੇਗਾ ਉਹ ਇੰਟਰਵਿਊ ਨਹੀਂ ਕਰ ਪਾਉਂਦਾ ਹਾਂ ਇਹੀ ਮੈਂ ਕਹਿ ਰਹੀ ਹਾਂ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਨਾ ਰਿਜੈਕਸ਼ਨ ਦਾ ਮੇਰੇ ਖਿਆਲ ਇੰਟਰਵਿਊ ਬੇਸਡ ਹੀ ਆ ਰਿਹਾ ਇੰਟਰਵਿਊ ਬੇਸਡ ਹੀ ਹੈ ਹਾਂਜੀ ਹਾਂਜੀ ਉਸ ਚੀਜ਼ ਨੂੰ ਕਿਵੇਂ ਕਲੀਅਰ ਕਰ ਸਕਦੇ ਜਿਹੜਾ ਬੱਚਾ ਸਿਰ ਐਸਓਪੀ ਖੁਦ ਨਹੀਂ ਲਿਖਦਾ ਏਜੰਟਸ ਉਹਨਾਂ ਨੂੰ ਹੈਲਪ ਆਊਟ ਕਰਦੇ ਉਹ ਬੱਚਾ ਇੰਟਰਵਿਊ ਵੀ ਨਹੀਂ ਕਲੀਅਰ ਕਰ ਪਾਉਂਦਾ ਸਭ ਤੋਂ ਮੇਨ ਮੋਟਿਵ ਹੀ ਸਾਡਾ ਇਹ ਹੁੰਦਾ ਕਿ ਸਟੂਡੈਂਟ ਜਿਹੜਾ ਹੈਗਾ ਖੁਦ ਐਸਓਪੀ ਲਿਖੇ ਸੋ ਦੈਟ ਉਹਨੂੰ ਇੰਟਰਵਿਊਜ਼ ਦੇ ਕੁਐਸਚਨਸ 60-70% ਉੱਥੋਂ ਹੀ ਕਲੀਅਰ ਹੋ ਜਾਂਦੇ ਆ ਮਿਡਵੇ ਨੂੰ ਬਾਕੀਆਂ ਨਾਲੋਂ ਅਲੱਗ ਕਿਵੇਂ ਦੇਖਦੇ ਹੋ ਇਹ ਸਾਰੀ ਪਾਲਿਸੀਜ਼ ਦੇ ਵਿੱਚ ਹਾਂਜੀ ਸਰ ਇਹ ਸਾਰੀ ਪਾਲਿਸੀਜ਼ ਦੇ ਵਿੱਚ ਮਿਡਵੇ ਕੰਸਲਟੈਂਸੀ ਸਟੈਂਡਸ ਡਿਫਰੈਂਟ ਉਹਦਾ ਰੀਜ਼ਨ ਇਹ ਹੈ ਕਿ ਜਿਸ ਤਰ੍ਹਾਂ ਮਾਰਕੀਟ ਸਿਨੈਰੀਓ ਦੇ ਵਿੱਚ ਸਾਡੇ ਕੋਲ ਬੱਚੇ ਆਉਂਦੇ ਆ ਐਂਡ ਉਹ ਕਹਿੰਦੇ ਕਿ ਮੈਮ ਇੰਟਰਵਿਊ ਬੇਸਿਸ 'ਤੇ ਡਿਕਲਾਈਨ ਹੋਆ ਗੁੱਡ ਐਪਲੀਕੇਸ਼ਨ 2016 ਵੈਰੀ ਗੁੱਡ ਐਪਲੀਕੇਸ਼ਨ ਗੁੱਡ ਆਈਲਸ ਸਕੋਰ ਸਪੀਕਿੰਗ ਇਜ਼ ਆਲਸੋ ਵੈਰੀ ਗੁੱਡ ਬਟ ਸਪੀਕਿੰਗ ਉੱਥੇ ਕੀ ਕਰੇਗੀ ਜਦੋਂ ਉਹਦੇ ਕੋਲ ਨੌਲੇਜ ਹੀ ਨਹੀਂ ਹੈ ਹੈ ਨਾ ਅਦਰ ਕੰਸਲਟੈਂਟਸ ਦੇ ਗਿਵ 10-12 ਕੁਐਸਚਨਸ ਹੈ ਨਾ ਸਾਡੇ ਮਿਡਵੇ ਵਾਲੇ ਸਾਡੇ ਕੋਲ ਇੱਕ ਸੈੱਟ ਬਣਿਆ ਹੋਇਆ 50-60 ਕੁਐਸਚਨਸ ਦਾ ਜੋ ਕਿ ਅਸੀਂ ਬੱਚਿਆਂ ਨੂੰ ਪ੍ਰਪੇਅਰ ਕਰਵਾਉਂਦੇ ਹਾਂ ਸਾਡੇ ਕਾਊਂਸਲਰਸ ਉਹਦੇ ਵਿੱਚ ਇਨਵੋਲਵ ਹੁੰਦੇ ਆ ਉਸ ਤੋਂ ਬਾਅਦ ਮੈਂ ਪਰਸਨਲੀ ਮੈਨੂੰ 5-6 ਈਅਰਸ ਦਾ ਐਕਸਪੀਰੀਅੰਸ ਹੈ ਇੰਟਰਵਿਊਜ਼ ਦੇ ਵਿੱਚ ਹੀ ਐਂਡ ਫਿਰ ਅਸੀਂ ਮੋਕ ਟੈਸਟ ਲੈਂਦੇ ਹਾਂ ਡੇ ਦੇ ਵਿੱਚ 1 or 2 ਮੋਕ ਟੈਸਟ ਵੀ ਲੈਂਦੇ ਹਾਂ ਹਾਂ ਜਿਹੜਾ ਬੱਚਾ ਸਾਨੂੰ ਲੱਗਦਾ ਹੈ ਕਿ ਬੈਟਰ ਹੈ ਉਹਦਾ ਅਸੀਂ ਇੱਕ ਵਾਰ ਵੀ ਮੋਕ ਟੈਸਟ ਲੈਂਦੇ ਹਾਂ ਬਟ ਜੋ ਬੱਚਾ ਸਾਨੂੰ ਲੱਗਦਾ ਕਿ ਇਹਨੂੰ ਪ੍ਰਿਪਰੇਸ਼ਨ ਦੀ ਜ਼ਰੂਰਤ ਹੈ ਇਨਫੈਕਟ ਫਾਈਲ ਹਾਈ ਕਮਿਸ਼ਨ ਤੋਂ ਭੇਜਣ ਤੋਂ ਪਹਿਲਾਂ ਅਸੀਂ 1 month ਸਟੂਡੈਂਟਸ ਦੀ ਪ੍ਰਿਪਰੇਸ਼ਨ ਕਰਵਾਉਂਦੇ ਹਾਂ ਬੱਚੇ ਕਾਫੀ ਪੈਨਿਕ ਕਰਦੇ ਆ ਕਿ ਮੈਮ 4 ਦਿਨ ਹੋ ਗਏ ਹਫਤਾ ਹੋ ਗਿਆ ਤੁਸੀਂ ਸਾਡੀ ਫਾਈਲ ਨਹੀਂ ਭੇਜੀ ਬਟ ਅਸੀਂ ਨਹੀਂ ਭੇਜਦੇ ਵੀ ਫੋਲੋ ਜੋ ਸਾਡਾ ਪ੍ਰੋਫੈਸ਼ਨਲ ਤਰੀਕਾ ਹੈ ਇੱਕ ਸਟ੍ਰੀਮਲਾਈਨ ਪ੍ਰੋਸੈਸ ਹੈ ਜੋ ਸਾਡਾ ਅਸੀਂ ਉਹਨੂੰ ਹੀ ਫੋਲੋ ਕਰਦੇ ਹਾਂ ਬਿਲਕੁਲ ਬੱਚੇ ਵੱਲ ਅਵੇਅਰਨੈਸ ਦੇਣਾ ਬੱਚੇ ਨੂੰ ਪ੍ਰੋਪਰਲੀ ਜਾਣਕਾਰੀ ਦੇਣਾ ਉਹਨਾਂ ਨੂੰ ਪ੍ਰੋਪਰਲੀ ਸਮਝਾਉਣਾ ਇਹ ਡਿਊਟੀ ਕਾਊਂਸਲਰ ਦੀ ਬਣਦੀ ਹੈ ਕੈਰੀਅਰ ਕਾਊਂਸਲਰ ਹੁੰਦਾ ਹੈ ਕੰਸਲਟੈਂਟ ਨਾ ਕਿ ਏਜੰਟ ਸੋ ਆਪਣੀ ਡਿਊਟੀਜ਼ ਨੂੰ ਭਲੀ ਭਾਂਤੀ ਮਿਡਵੇ ਨਿਭਾਉਂਦਾ ਆ ਰਿਹਾ ਖਾਸ ਇੱਕ ਦੱਸ ਦੂੰਗਾ ਉਹਨਾਂ ਵੱਲੋਂ ਸਰਵਿਸਿਜ਼ ਕੋਈ ਵੀ ਚਾਰਜਿਸ ਨਾ ਵੀਜ਼ੇ ਤੋਂ ਪਹਿਲਾਂ ਨਾ ਵੀਜ਼ੇ ਤੋਂ ਬਾਅਦ ਕੋਈ ਚਾਰਜ ਨਹੀਂ ਕੀਤਾ ਜਾਂਦਾ ਸੋ ਮਿਡਵੇ ਵੱਲੋਂ ਕੋਈ ਸਰਵਿਸ ਚਾਹੀਦੀ ਹੈ ਅਸੈਸਮੈਂਟ ਚਾਹੀਦੀ ਉਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਜਾਂ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾ ਸਕਦੀ ਹੈ ਹੁਣ ਜਿਹੜੇ ਕੋਰਸਿਸ ਨੂੰ ਲੈ ਕੇ ਮੈਂ ਥੋੜ੍ਹਾ ਜਿਹਾ ਗੱਲ ਕਰਨਾ ਚਾਹੁੰਦਾ ਜਿਹੜੇ ਬੱਚੇ ਕੁਛ ਨੇ ਨੋਨ ਮੈਡੀਕਲ ਨਾਲ ਰਿਲੇਟਡ ਜਾਂ ਕਾਮਰਸ ਨਾਲ ਰਿਲੇਟਡ ਉਹ ਹੁਣ ਜਿਹੜੇ ਪਾਸ ਆਊਟ ਹੋਏ ਨੇ ਉਹਨਾਂ ਨੂੰ ਕੀ ਆਪਸ਼ਨਸ ਦੱਸਦੇ ਹੋ ਜਿਹੜੀ ਉਹਨਾਂ ਲਈ ਬੈਟਰ ਨੇ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਸਰ ਜਿਹੜੇ ਸਟੂਡੈਂਟਸ ਇੰਟਰਸਟਿਡ ਹੈ ਆਫਟਰ 12th ਸਟੈਂਡਰਡ ਜੋ ਵੀ ਕੋਈ ਐਬਰੋਡ ਐਜੂਕੇਸ਼ਨ ਸਪੈਸ਼ਲੀ ਫੋਰ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਇੰਟਰਸਟਿਡ ਹੈ ਆਈ ਵਿਲ ਸਜੈਸਟ ਦੈਮ ਕਿ ਹੁਣ ਜਿਹੜਾ ਹੈਗਾ ਇਟ ਇਜ਼ ਦ ਰਾਈਟ ਟਾਈਮ ਕਿ ਉਹ ਆਪਣੇ ਸਪੈਸ਼ਲਾਈਜ਼ਡ ਏਜੰਟਸ ਨੂੰ ਚੂਜ਼ ਕਰਨ ਐਂਡ ਰਾਈਟ ਗਾਈਡੈਂਸ ਫੰਡਸ ਦੇ ਬੇਸਿਸ 'ਤੇ ਕੋਰਸ ਸਿਲੈਕਸ਼ਨ ਦੇ ਬੇਸਿਸ 'ਤੇ ਹੁਣੇ ਤੋਂ ਹੀ ਆਪਣੀ ਰਿਸਰਚ ਸਟਾਰਟ ਕਰਨ ਜੀ ਸੋ ਇਹ ਇਹ ਚੀਜ਼ਾਂ ਜਿਵੇਂ ਰਿਸਰਚ ਕਰਦੇ ਨੇ ਵੈਬਸਾਈਟਸ ਨੇ ਜਾਂ ਕੰਸਲਟੈਂਟ ਵੀ ਹੈਲਪ ਕਰਦੇ ਨੇ ਬਿਲਕੁਲ ਜੀ ਸਰ ਅਸੀਂ ਪ੍ਰੋਪਰ ਬੱਚਿਆਂ ਨੂੰ ਪ੍ਰੋਪਰ ਹੈਲਪ ਆਊਟ ਕਰਦੇ ਹਾਂ ਅਸੀਂ ਪ੍ਰੋਪਰ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਈਮੇਲ ਦੇ ਥਰੂ ਪ੍ਰੋਪਰ ਲਿੰਕਸ ਉਹਨਾਂ ਨੂੰ ਸੈਂਡ ਕਰਦੇ ਹਾਂ ਨਾ ਕਿ ਇੱਕ ਕਾਲਜ ਦੀ 4-5 ਅਸੀਂ ਉਹਨਾਂ ਨੂੰ ਆਪਸ਼ਨਸ ਦਿੰਦੇ ਹਾਂ ਸਾਡੇ ਆਫਿਸ ਆਉਂਦੇ ਹਾਂ ਅਸੀਂ ਪ੍ਰੋਪਰ ਵੈਬਸਾਈਟ ਖੋਲ੍ਹ ਕੇ ਉਹਨਾਂ ਨੂੰ ਸਾਰੀ ਡਿਟੇਲ ਦੇ ਵਿੱਚ ਇੱਕ ਇੱਕ ਚੀਜ਼ ਦੱਸਦੇ ਹਾਂ ਕਿ ਕੀ ਤੁਹਾਡੇ ਲਈ ਬੈਨੀਫਿਸ਼ੀਅਲ ਹੈ ਦੈਨ ਫਿਰ ਥੋੜ੍ਹਾ ਜਿਹਾ ਸਟੂਡੈਂਟ ਦਾ ਹੁੰਦਾ ਹੈ ਕਿ ਠੀਕ ਹੈ 4-5 ਅਸੀਂ ਅਗਰ ਉਹਨਾਂ ਨੂੰ ਆਪਸ਼ਨ ਦਿੱਤੇ ਹੈ ਜੋ ਕਿ ਰਿਲੇਟਡ ਹੈ ਉਹਨਾਂ ਦੇ ਪ੍ਰੀਵੀਅਸ ਕੁਆਲੀਫਿਕੇਸ਼ਨ ਦੇ ਨਾਲ ਦੈਨ ਦੇ ਕੈਨ ਸਿਲੈਕਟ ਮੋਰ ਓਵਰ ਸਰ ਆਈ ਵੁੱਡ ਲਾਈਕ ਟੂ ਐਡ ਅ ਪੁਆਇੰਟ ਕਿ ਸਾਡੇ ਕੋਲ ਇੱਕ ਗਵਰਨਮੈਂਟ ਇੰਸਟੀਟਿਊਟ ਹੈਗਾ ਜੋ ਕਿ ਅੱਜ ਫੰਡਿੰਗ ਕਾਫੀ ਜ਼ਿਆਦਾ ਸਟ੍ਰਿਕਟ ਹੈ ਨਿਊਜ਼ੀਲੈਂਡ ਦੀ ਸਾਡੇ ਕੋਲ ਗਵਰਨਮੈਂਟ ਫੰਡਿਡ ਇੰਸਟੀਟਿਊਟ ਹੈਗਾ ਜਿਹਦੇ ਵਿੱਚ ਤੁਹਾਨੂੰ ਕਰੀਬ 19-20 lakh ਰੁਪਏ ਹੀ ਫੰਡਸ ਸ਼ੋਅ ਕਰਨੇ ਪੈਣਗੇ ਫੋਰ ਲੈਵਲ 5, ਲੈਵਲ 6 ਬਿਜ਼ਨਸ ਕੋਰਸਿਸ ਐਂਡ IT ਕੋਰਸਿਸ ਐਂਡ ਅਗਰ ਤੁਸੀਂ ਲੈਵਲ 7 ਕੁਆਲੀਫਿਕੇਸ਼ਨ ਵਾਸਤੇ ਇੰਟਰਸਟਿਡ ਹੋ IT ਨਾਲ ਰਿਲੇਟਡ ਜਾਂ ਫਿਰ ਬਿਜ਼ਨਸ ਦੇ ਨਾਲ ਰਿਲੇਟਡ ਉਹਦੇ ਲਈ ਕਰੀਬ ਤੁਹਾਨੂੰ 14 lakh ਰੁਪਏ ਦਿਖਾਉਣੇ ਪੈਣਗੇ ਵੋ ਜੋ ਕਿ ਅੱਜ ਦੀ ਮਾਰਕੀਟ ਨੂੰ ਕੰਪੇਅਰ ਕਰੀਏ ਤਾਂ ਕਾਫੀ ਲੋ ਅਮਾਊਂਟ ਹੈ ਐਂਡ ਇਟਸ ਅ ਪ੍ਰੋਪਰ ਗਵਰਨਮੈਂਟ ਫੰਡ ਪਹਿਲੇ ਹੀ 26-27 ਤੇ ਜਾਂਦੇ ਸੀ ਜਿਹੜੇ 19-20 ਤੇ ਆ ਗਏ ਹਾਂਜੀ ਨਹੀਂ ਪਰਟੀਕੂਲਰਲੀ ਦੇਰ ਇਜ਼ ਓਨਲੀ 1 ਗਵਰਨਮੈਂਟ ਫੰਡਡ ਕਾਲਜ ਜੋ ਇਹ ਸਾਨੂੰ ਨਹੀਂ ਪਹਿਲਾਂ ਜਿਹੜੇ ਬਾਕੀ ਕਾਲਜਸ ਦੇ ਫੰਡਸ ਹੁਣ ਵੀ ਹੈਗੇ ਨੇ ਉਹ 25-26-27 ਦੇ ਨੇੜੇ 26-27-28-29 ਅਲੱਗ-ਅਲੱਗ ਫੀਸ ਵਾਈਜ਼ ਤੱਕ ਵੀ ਪਹੁੰਚ ਜਾਂਦਾ ਹੈ ਹਾਂਜੀ ਫੀਸ ਵਾਈਜ਼ ਪਲੱਸ ਤੁਹਾਡਾ ਕੋਰਸ ਵਾਈਜ਼ ਟੈਕਨੀਕਲ ਕੋਰਸਿਸ ਜੇ ਤੁਸੀਂ ਚੂਜ਼ ਕਰਦੇ ਹੋ ਉਹਨਾਂ ਦੇ ਲਈ ਤੇ ਤੁਸੀਂ ਲੈ ਕੇ ਚੱਲੋ 28-29 lakh ਹਾਂਜੀ ਮਿਡਵੇ ਕਾਫੀ ਦੇਰ ਤੋਂ ਇੱਕ ਸਹੀ ਜਾਣਕਾਰੀ ਬੱਚਿਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਸਪੈਸ਼ਲੀ ਉਹ ਆਉਂਦੇ ਨੇ ਇਹੀ ਗਾਈਡ ਕਰਦੇ ਨੇ ਬੱਚੇ ਅਵੇਅਰ ਹੋਣ ਬੱਚੇ ਸਹੀ ਕੰਸਲਟੈਂਟ ਨੂੰ ਗਾਈਡ ਜਿਹੜੀ ਹੈ ਉਹਦੇ ਲਈ ਚੂਜ਼ ਕਰਨ ਹਮੇਸ਼ਾ ENZ ਆਰੇ ਮੈਂਬਰ ਨਿਊਜ਼ੀਲੈਂਡ ਲਈ ਤਵੱਜੋ ਦੇਣਾ ਜ਼ਰੂਰੀ ਹੈ ਕਿਹਾ ਜਾਂਦਾ ਕਿਉਂਕਿ ਉਹਨਾਂ ਦੇ ਰਿਜ਼ਲਟਸ ਬੈਟਰ ਹੁੰਦੇ ਨੇ ਉਹ ਤੁਹਾਨੂੰ ਐਕਚੁਅਲ ਦੇ ਵਿੱਚ ਸਹੀ ਜਾਣਕਾਰੀ ਜਿਹੜੀ ਉਹ ਪਹੁੰਚਾਉਂਦੇ ਨੇ ਸੋ ਮੇਰੇ ਨਾਲ ਅੱਜ ਵੀ ਕੁਛ ਸਟੂਡੈਂਟਸ ਮੌਜੂਦ ਨੇ ਜਿਨ੍ਹਾਂ ਨੇ ਮਿਡਵੇ ਵੱਲੋਂ ਸਰਵਿਸਿਜ਼ ਲਈਆਂ ਉਹਨਾਂ ਦਾ ਮਿਡਵੇ ਬਾਰੇ ਉਹਨਾਂ ਦੀ ਟੀਮ ਬਾਰੇ ਕੀ ਕਹਿਣਾ ਆਓ ਸੁਣਦੇ ਹਾਂ
My name is Pravjot Kaur and I am from Kapurthala. I have passed my plus 2 in 2015 and after that I appeared IELTS exam and I got 5.5 bands. And ek din main midway education da program time TV chardi kala te dekhya. Mainu Jagjit sir ne advice bahut changi lagi and after that main midway andar visit kita te main apna jehda visa inna de kol apply karwaya and in 20 days main apna visa jehda mainu milia. Without interview and इन्होंने मेरे को कोई भी फीस चार्जेस नहीं लाए सो मैं सारे ये एडवाइस दिनी हाँ जेकर तुम अपना न्यूजीलैंड का वीज़ा लगाना चाहते हो या किसी भी और कंट्री का तो मिडवे एजुकेशन जलंधर जरूर विजिट करो थैंक यू माई नेम इज सिमरनजोत सिंह एंड आई एम फ्रॉम टांडा मैं इन्हें मिडवे वाले का प्रोग्राम चढ़ती कला टाइम टी वी से देखता सी तो एक दिन मैं इन्हों के दफ्तर आया जलंधर तो इन्होंने मैंने बहुत वधिया गाइडेंस प्रोवाइड की है तो फिर मैं इन्हों तो अपलाई किया अपना न्यूजीलैंड का स्टडी वीजा तो मैं अपनी 12th क्लास 2015 की आफ्टर दैट आई कंप्लीट आईएलटीएस एग्जाम विच आई गोट 5.5 बैंड्स एंड इन्होंने मैंने वीज़ा दवाता आ देखो मेरा वीज़ा न्यूजीलैंड का तो मैं स्पैशल थैंक करता हाँ अमन मैडम का जिन्होंने मैंने बहुत वधिया सर्विस एंड फैसिलिटीज प्रोवाइड कीतिया ने तो मैं सारे यही सही सलाह दिना है जे तुम अपना न्यूजीलैंड का या किसी भी कंट्री का वीज़ा लगाना तो मिडवे वालों जरूर अपना कंसल्ट करो तो तुम सही जानकारी देंगे तो मैं तुहाडा सारे बहुत बहुत धन्यवाद मेरा नाम जशनदीप सिंह है मेरा न्यूजीलैंड का वीज़ा मिडवे कंसल्टेंट अमृतसर ब्रांच तो लगा है इन्होंने मेरी फाइल बहुत ही चंगी तरीके गाइड की है इन्होंने मैनु सारा कोर्स कॉलेज एंड फंड बारे चंगी तरह समझाया है एंड इतों का स्टाफ बहुत कोऑपरेटिव है इन्होंने मैनू सारी चीज़ा चंगी तरह समझाइया मैं अपने सारे वीर भरा रिश्तेदारों को सलाह देना चाहना कि तुम मिडवे कंसल्टेंट ब्रांच अमृतसर आओ तो इतने अपनी फाइल बारे पूरी जानकारी लो थैंक यू माई नेम इज़ गुरप्रीत कौर आई बिलोंग टू सिटी गुरदासपुर एंड आई हैव कंप्लीटेड माई बैचलर डिग्री इन मेडिकल स्ट्रीम एंड आई हैव ऑल्सो 4 year वर्क एक्सपीरियंस Actually, I was wanted to go overseas. For this purpose, I contacted many agents nearby my city or here in the Jalandhar. But Mr. Jagjit Singh, I came to know about them on the TV program. And then I visited their office and met coordinator ma'am, Aman ma'am. And she made my profile and guided me very well and make me aware about the different guidelines for applying for the study visa. And now I have got my study visa just in the 6 days. And I also recommend those students who want to go abroad for the study. They should must once at least come here to meet the ma'am or meet the Jagjit sir to get their visa. All the best. ਸਤਿ ਸ਼੍ਰੀ ਅਕਾਲ ਮੈਂ ਜਸਕਰਨ ਸਿੰਘ ਫਗਵਾੜਾ ਦਾ ਰਹਿਣ ਵਾਲਾ ਹਾਂ ਮੈਂ ਆਪਣੀ ਪਲੱਸ ਟੂ 2015 ਵਿੱਚ ਪਾਸ ਆਊਟ ਕੀਤੀ ਦੈਨ ਉਸ ਤੋਂ ਬਾਅਦ ਇੱਕ ਦਿਨ ਮੈਂ ਜਗਜੀਤ ਸਰ ਦਾ ਟੀ ਵੀ 'ਤੇ ਸ਼ੋਅ ਦੇਖਿਆ ਅਤੇ ਮੈਂ ਸ਼ੋਅ ਤੋਂ ਬਹੁਤ ਇੰਸਪਾਇਰ ਹੋਇਆ ਦੈਨ ਉਸ ਤੋਂ ਬਾਅਦ ਮੈਂ ਜਲੰਧਰ ਦੇ ਵਿੱਚ ਵਿਜ਼ਿਟ ਕੀਤਾ ਜਗਜੀਤ ਸਰ ਦੇ ਔਫਿਸ ਦੇ ਵਿੱਚ ਐਂਡ ਮੈਨੂੰ ਇੱਥੇ ਅਮਨ ਮੈਮ ਨੇ ਬਹੁਤ ਵਧੀਆ ਡੀਲ ਕੀਤਾ ਮੈਨੂੰ ਮੇਰੇ ਪ੍ਰੋਫਾਈਲ ਦੇ ਹਿਸਾਬ ਨਾਲ ਬਹੁਤ ਅੱਛੇ ਕੋਰਸਿਸ ਦਿੱਤੇ ਐਂਡ ਸੁਜੈਸਟ ਕੀਤਾ ਮੈਨੂੰ ਐਂਡ ਦੈਨ ਉਸ ਤੋਂ ਬਾਅਦ 'ਚ ਮੇਰੀ ਬਹੁਤ ਅੱਛੀ ਪ੍ਰੋਫਾਈਲ ਤਿਆਰ ਕਰਵਾਈ ਗਈ ਅਤੇ ਕੁਛ ਹੀ ਦਿਨਾਂ ਵਿੱਚ ਮੇਰਾ ਵੀਜ਼ਾ ਆ ਗਿਆ ਤੁਸੀਂ ਦੇਖ ਸਕਦੇ ਹੋ ਨਿਊਜ਼ੀਲੈਂਡ ਦਾ ਵੀਜ਼ਾ ਮੈਨੂੰ ਮਿਡਵੇ ਥਰੂ ਮਿਲਿਆ ਹੈ ਅਤੇ ਜੇ ਤੁਸੀਂ ਵੀ ਕਿਤੇ ਵੀ ਜਾਣਾ ਚਾਹੁੰਦੇ ਹੋ ਨਿਊਜ਼ੀਲੈਂਡ ਕੈਨੇਡਾ ਅਮੈਰੀਕਾ ਜਿੱਥੇ ਵੀ ਜਾਣਾ ਚਾਹੁੰਦੇ ਇੱਕ ਵਾਰ ਮਿਡਵੇ ਐਜੂਕੇਸ਼ਨ ਕੋਲ ਆ ਕੇ ਜ਼ਰੂਰ ਮਿਲੋ ਥੈਂਕ ਯੂ ਹੈਲੋ ਫਰੈਂਡਸ ਮਾਈ ਨੇਮ ਇਜ਼ ਰਣਜੀਤ ਕੌਰ ਆਈ ਵਾਂਟ ਟੂ ਥੈਂਕ ਮਿਡਵੇ ਐਜੂਕੇਸ਼ਨ ਕੰਸਲਟੈਂਟ ਅੰਮ੍ਰਿਤਸਰ ਬ੍ਰਾਂਚ ਬਿਕਾਜ਼ ਦੇ ਹੈਲਪ ਮੀ ਟੂ ਗੈਟ ਸਟੱਡੀ ਵੀਜ਼ਾ ਆਫ ਨਿਊਜ਼ੀਲੈਂਡ ਦ ਹੋਲ ਟੀਮ ਆਫ ਮਿਡਵੇ ਐਜੂਕੇਸ਼ਨ ਕੰਸਲਟੈਂਟ ਅੰਮ੍ਰਿਤਸਰ ਬ੍ਰਾਂਚ ਇਜ਼ ਵੈਰੀ ਕੋਆਪਰੇਟਿਵ ਬਿਕਾਜ਼ ਦੇ ਗਾਈਡਡ ਮੀ ਅਬਾਊਟ ਦ ਕਾਲਜ ਐਂਡ ਦ ਕੋਰਸ ਆਲਸੋ ਦੇ ਹੈਲਪ ਮੀ to guide how to arrange funds for my study and I want to suggest the viewers and my friends also that if they want to go abroad kindly consult Medway Educational Consultant Amritsar branch thank you once again Medway Educational Consultant because they fulfill my dream सो ऐसे जी कुछ स्टूडेंट जिन्होंने अपनी जी जानकारी जो भी इन्हों सर्विसिज या जो एक्सपीरियंस इन्हों का मिडवे वालों रहा है वो थोड़े तक शेयर किया है तो उम्मीद करते हैं थोड़ू भी अज के शोध में जो न्यूजीलैंड जाने वाले बच्चे ने जानकारी प्रॉपरली मिडवे वालों पहुँचा पाए होवेंगे कोई ज़्यादा जानकारी चाहिए है कोई असैसमेंट करवानी है अपनी ऑप्शन जाननिया ने कोई भी ऑफिस जरा ने पा चंडीगढ़ पटियाला
अमृतसर, जलंधर या दिल्ली, उत्थे तुसीं विजिट करके फ्री ऑफ कॉस्ट काउंसलिंग की सर्विस जी ले सकते हो। उस तो बाद जो फाइलिंग भी करते हो इन्होंने वालों तो भी कोई चार्जिज नहीं ने, वह भी फ्री ऑफ कॉस्ट रहेगा। बट समा नहीं अलाउ कर रहा तनवीर जी अज्ज शो के आने बहुत बहुत धन्यवाद। थैंक यू सो मच। धन्यवाद सारी दर्शकों का, टैक्निकल टीम का। अज्ज के शो में इतने खत्म करते हैं। अपने दोस्तों मैंने देव इजाजत। धन्यवाद, सत श्री अकाल।